ਅਭਜੋਤ ਸਿੰਘ ਆ, ਇਹ ਮੇਰਾ ਬੇਟਾ ਨਵਨੀਤ ਸਿੰਘ, ਇਹ ਮੇਰੇ ਨਾਲ ਰੇਹੜੀ 'ਤੇ ਜਾਂਦਾ ਸੀਗਾ, ਰੋਜ਼ ਉੱਥੇ ਖੇਡਦਾ ਖੁੱਡਦਾ ਸੀ, ਥੋੜ੍ਹਾ ਦਿਮਾਗੋਂ ਸਟਰੋਂਗ ਨਹੀਂ, ਐਪਸਡ ਆ, ਅਤੇ ਇਹਨੂੰ ਕੋਈ ਜੀ ਰਾਤ ਨੂੰ ਸੰਡੇ ਦੇ ਰਾਤ ਨੂੰ 25 ਤਰੀਕ ਨੂੰ ਇਹਨੂੰ ਕੋਈ ਚੁੱਕ ਕੇ ਲੈ ਗਿਆ ਉੱਥੋਂ 9 ਵਜੇ ਰਾਤ ਨੂੰ, ਅਤੇ ਉਹ ਬੰਦੇ ਬਰਾਮਦ ਹੋ ਗਏ ਆ, ਪੰਜਾਬ ਪੁਲਿਸ ਨੇ ਫੜਿਆ ਇਹਨਾਂ ਨੂੰ ਗੁਰਦਾਸਪੁਰ ਦੇ ਲਾਗੋਂ, ਅਤੇ ਅਸੀਂ ਜੀ ਪੰਜਾਬ ਪੁਲਿਸ ਦੇ ਬਹੁਤ ਧੰਨਵਾਦੀ ਹਾਂ, ਅਤੇ ਨਾਲ ਪ੍ਰੈਸ ਰਿਪੋਰਟਰ ਟੀਮ ਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਵੀਰ ਜੀ ਗੁਰਦਾਸਪੁਰ ਇਹ ਸੂਰਜਿੰਦਰ ਸਿਲਮੇ ਤੋਂ ਲੈ ਗਏ ਆ ਅਤੇ ਗੁਰਦਾਸਪੁਰ ਲੈ ਗਏ ਆ, ਅਤੇ ਗੁਰਦਾਸਪੁਰ ਤੋਂ ਹੁਣ ਇਹਨਾਂ ਨੇ ਫੜ ਕੇ ਇੱਥੋਂ ਲਿਆਂਦਾ, ਨਾਲ ਬੱਚੇ ਨੂੰ ਸਹੀ ਸਲਾਮਤ ਤੰਦਰੁਸਤ ਲੈ ਕੇ ਆਉਂਦਾ। ਬੱਚਾ ਕਿੰਨੇ ਸਾਲਾਂ ਦਾ? ਬੱਚਾ 15 ਸਾਲ ਦਾ ਜੀ। ਕਿੰਨੇ ਬੰਦੇ ਸੀ ਉਹ? ਦੋ ਜਣੇ ਆ ਜੀ। ਉਹਨਾਂ ਨੂੰ ਕੋਈ ਪਤਾ ਲੱਗਿਆ ਕਿੱਥੋਂ ਦੇ ਸੀ? ਨਹੀਂ ਭਾਜੀ ਹਲੇ ਨਹੀਂ। ਉਹਨਾਂ ਪਿੰਡ ਪੁੰਡ ਦਾ ਇਹਨਾਂ ਨੂੰ ਵੀ ਪਤਾ ਸੀ, ਇਹਨਾਂ ਨੇ ਹੁਣੇ ਅੰਦਰ ਕੀਤੀ ਸੀਗੀ, ਉਹਨਾਂ ਨੇ ਲਿਖਿਆ ਲੁਖਿਆ ਇਹਨਾਂ ਦਾ ਨਾਂ ਪਤਾ ਜੋ ਵੀ ਆ, ਉਹ ਸਵੇਰੇ 10 ਵਜੇ ਦਾ ਟਾਈਮ ਦਿੱਤਾ, 10 ਵਜੇ ਪਤਾ ਲੱਗੇਗਾ ਜੀ। ਕੀ ਪ੍ਰਸ਼ਾਸਨ ਨੇ ਤੁਹਾਨੂੰ ਕੀ ਕਿਹਾ? ਪੁਲਿਸ ਪ੍ਰਸ਼ਾਸਨ ਨੇ ਦੇਖੋ ਜੀ ਸਾਡਾ ਬੱਚਾ ਸਾਨੂੰ ਸਹੀ ਸਲਾਮਤ ਮਿਲਾ ਦਿੱਤਾ, ਪੂਰਾ ਸਾਥ ਦਿੱਤਾ ਜੀ, ਪੂਰਾ ਸਾਥ ਦਿੱਤਾ, ਅਸੀਂ ਇਸ ਤੋਂ ਵੱਧ ਕੇ ਹੋਰ ਕੀ ਕਹਿ ਸਕਦੇ ਹਾਂ ਜੀ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।